ਸਵਾਗਤ ਹੈ ਜੀ, ਤੁਸੀਂ ਜੁੜ ਚੁੱਕੇ ਹੋ ਸ਼ਾਰਪਰ ਨਿਊਜ਼ ਦੇ ਨਾਲ ਅਤੇ ਮੈਂ ਚੇਤਨ ਕਾਸ਼ਪ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇਸ਼ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸੇ ਤਹਿਤ ਹੀ ਜੇਕਰ ਆਪਾਂ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਆ ਜਿਹੜਾ ਉਹ ਭਰਮਾ ਹੁੰਗਾਰਾ ਮਿਲ ਰਿਹਾ। ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਵੀ ਆ ਜਿਹੜੀਆਂ ਉਹ ਕੈਮਰੇ ਦੇ ਮਾਧਿਅਮ ਰਾਹੀਂ ਜ਼ੂਮ ਕਰਕੇ ਦਿਖਾ ਦਿੱਤੀਆਂ ਜਾਣ। ਇਸ ਵਕਤ ਤਸਵੀਰਾਂ ਦੇ ਵਿੱਚ ਤੁਸੀਂ ਹੁਸ਼ਿਆਰਪੁਰ ਦਾ ਸਰਕਾਰੀ ਕਾਲਜ ਚੌਂਕ ਵੇਖ ਸਕਦੇ ਹੋ। ਅਕਸਰ ਜੇਕਰ ਆਪਾਂ ਆਮ ਦਿਨਾਂ ਦੀ ਗੱਲ ਕਰੀਏ ਤਾਂ ਆਮ ਦਿਨਾਂ ਦੇ ਵਿੱਚ ਇਹ ਚੌਂਕ ਹੈ ਜਿਹੜਾ ਖਚਾ ਖੱਚ ਹੈ, ਜਿਹੜਾ ਉਹ ਟ੍ਰੈਫਿਕ ਦੇ ਨਾਲ ਭਰਿਆ ਨਜ਼ਰ ਆਉਂਦਾ ਅਤੇ ਜ਼ਿਆਦਾ ਸਮਾਂ ਅਜਿਹਾ ਹੁੰਦਾ ਕਿ ਇਸ ਮਾਰਗ 'ਤੇ ਆ ਜਿਹੜਾ ਉਹ ਸਾਨੂੰ ਟ੍ਰੈਫਿਕ ਜਾਮ ਜਿਹੜਾ ਲੱਗਿਆ ਨਜ਼ਰ ਆਉਂਦਾ, ਕਿਉਂਕਿ ਇੱਕ ਮਾਰਕੀਟ ਵੀ ਕੋਲ ਹੈ, ਸ਼ੋਰੂਮ ਵੀ ਕੋਲ ਨੇ, ਤਾਂ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਕਾਲਜ ਵੀ ਹੈ ਜਿਹੜਾ ਇਸ ਚੌਂਕ ਦੇ ਬਿਲਕੁਲ ਬੇਹੱਦ ਨਜ਼ਦੀਕ ਹੈ। ਸੋ ਜਿਸ ਕਾਰਨ ਇੱਥੇ ਲੋਕਾਂ ਦਾ ਜਿਹੜਾ ਜਮਾਵੜਾ ਲੱਗਿਆ ਰਹਿੰਦਾ, ਆਉਣਾ ਜਾਣਾ ਲੱਗਿਆ ਰਹਿੰਦਾ, ਪਰੰਤੂ ਅੱਜ ਜਿਵੇਂ ਕਿਸਾਨਾਂ ਵੱਲੋਂ ਸਵੇਰ ਸਮੇਂ ਤੋਂ ਬੰਦ ਜਿਵੇਂ ਕਿ ਅੱਜ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਵੱਲੋਂ ਬੰਦ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ, ਤਾਂ ਸਵੇਰ ਸਮੇਂ ਤੋਂ ਹੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਜਿਹੜਾ ਭਰਮਾ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ। ਇਸ ਤੋਂ ਲੈਸ ਆ ਜੇਕਰ ਆਪਾਂ ਅਸੀਂ ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਬਾਜ਼ਾਰਾਂ ਦੀ ਗੱਲ ਕਰੀਏ, ਚਾਹੇ ਉਹ ਹੁਸ਼ਿਆਰਪੁਰ ਦਾ ਬੱਸੀ ਖਵਾਜੂ ਬਾਜ਼ਾਰ ਹੈ, ਚਾਹੇ ਹੁਸ਼ਿਆਰਪੁਰ ਦਾ ਮੇਨ ਬਾਜ਼ਾਰ ਘੰਟਾ ਘਰ ਬਾਜ਼ਾਰ ਹੈ, ਜਾਂ ਉਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਹੁਸ਼ਿਆਰਪੁਰ ਦੇ ਚੌਂਕ ਨੇ ਜਾਂ ਬਾਜ਼ਾਰ ਨੇ ਜਿੱਥੇ ਅਕਸਰ ਲੋਕਾਂ ਦਾ ਜਮਾਵੜਾ ਲੱਗਿਆ ਰਹਿੰਦਾ, ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਜਾਂ ਟਹਿਲਣ ਦੇ ਲਈ ਆਉਂਦੇ ਨੇ, ਉਹਨਾਂ ਬਾਜ਼ਾਰਾਂ ਦੇ ਵਿੱਚ ਵੀ ਅੱਜ ਜਿਹੜੀ ਉਹ ਬੇਰੌਣਕੀ ਛਾਈ ਹੋਈ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿਸਾਨਾਂ ਵੱਲੋਂ ਲੋਕਾਂ ਨੂੰ ਅਗਾਹ ਕਰ ਦਿੱਤਾ ਗਿਆ ਸੀ ਕਿ 16 ਫਰਵਰੀ ਨੂੰ ਹੈ ਜਿਹੜਾ ਕਿਸਾਨਾਂ ਵੱਲੋਂ ਭਾਰਤ ਬੰਦ ਕਰਵਾਇਆ ਜਾਵੇਗਾ। ਸੋ ਹੁਣ ਵੀ ਤਸਵੀਰਾਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਦਿਖਾ ਦੇਣ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਕਾਫਲੇ ਆ ਜਿਹੜੇ ਉਹ ਇਸੇ ਤਰ੍ਹਾਂ ਡਾਰਾ ਬਣਾ ਕੇ ਜਿਹੜੇ ਉਹ ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਨੇ, ਟਰੈਕਟਰਾਂ 'ਤੇ ਘੁੰਮ ਰਹੇ ਨੇ, ਗੱਡੀਆਂ ਦੇ ਵਿੱਚ ਘੁੰਮ ਰਹੇ ਨੇ। ਸੋ ਤਸਵੀਰਾਂ ਥੋੜ੍ਹੀਆਂ ਜ਼ੂਮ ਕਰਕੇ ਹੋਰ ਕਰਮਜੀਤ ਦੀ ਦਿਖਾ ਦਿੱਤੀਆਂ ਜਾਣ, ਕਿਉਂਕਿ ਜਿਹਨਾਂ ਪਹਿਲਾਂ ਕਿਸਾਨਾਂ ਨੂੰ ਜਿਹੜੀ ਉਹ ਖਬਰ ਸਾਹਮਣੇ ਆ ਰਹੀ ਸੀ ਕਿ ਬਾਜ਼ਾਰ ਹੈ ਜਿਹੜੇ ਉਹ ਖੁੱਲ੍ਹੇ ਨਜ਼ਰ ਆ ਰਹੇ ਨੇ, ਤਾਂ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਆਪਣਾ ਵੱਡਾ ਕਾਫਲਾ ਤਿਆਰ ਕਰਕੇ ਆ ਜਿਹੜਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਚੱਕਰ ਲਗਾਇਆ ਜਾਂਦਾ ਅਤੇ ਲੋਕਾਂ ਨੂੰ ਆ ਜਿਹੜੀਆਂ ਅਪੀਲ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਸਾਡਾ ਜਿਹੜਾ ਉਹ ਸਾਥ ਦਿੱਤਾ ਜਾਵੇ, ਹੁਸ਼ਿਆਰਪੁਰ ਸ਼ਹਿਰ ਨੂੰ ਬੰਦ ਕਰਵਾਉਣ ਦੇ ਵਿੱਚ ਸਾਨੂੰ ਆ ਜਿਹੜਾ ਹੁੰਗਾਰਾ ਦਿੱਤਾ ਜਾਵੇ। ਸੋ ਕਿਤੇ ਨਾ ਕਿਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਕਿਸਾਨ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹ ਕਾਮਯਾਬ ਨਜ਼ਰ ਆਏ ਨੇ, ਹੁਸ਼ਿਆਰਪੁਰ ਨੂੰ ਬੰਦ ਕਰਵਾਉਣ ਦੇ ਵਿੱਚ ਸਫਲ ਨਜ਼ਰ ਆਏ ਨੇ, ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਸੀ, ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਸੀ। ਹਾਲਾਂਕਿ ਜੇਕਰ ਆਪਾਂ ਹੁਣ ਮਾਫੀ ਚਾਹੁੰਦਾ, ਪੰਜਾਬ ਹਰਿਆਣਾ ਬਾਰਡਰ ਦੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਕਿਵੇਂ 2-4 ਦਿਨ ਲਗਾਤਾਰ ਪੁਲਿਸ ਦੇ ਨਾਲ ਟੱਕਰਾ ਹੋਇਆ ਪੰਜਾਬੀਆਂ ਦਾ, ਕਿਸਾਨਾਂ ਦਾ। ਸੋ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਗੋਲੀਬਾਰੀ ਵੀ ਹੋਈ ਹੈ, ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ, ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ ਨੇ, ਹਵਾਈ ਫਾਇਰਿੰਗ ਵੀ ਹੋਈ ਹੈ, ਰਪੜ ਦੀਆਂ ਗੋਲੀਆਂ ਤੱਕ ਜਿਹੜੀਆਂ ਉਹ ਚੱਲੀਆਂ ਨੇ। ਸੋ ਇਸ ਦੇ ਵਿੱਚ ਜਿੱਥੇ ਕਿਸਾਨ ਭਾਈਚਾਰੇ ਦੇ ਜਿਹੜੇ ਉਹ ਮੈਂਬਰ ਵੀ ਜਿਹੜੇ ਜ਼ਖਮੀ ਹੋਏ ਨੇ, ਉੱਥੇ ਹੀ ਹਰਿਆਣਾ ਪੁਲਿਸ ਦੇ ਕੁਝ ਮੁਲਾਜ਼ਮ ਅਤੇ ਅਧਿਕਾਰੀ ਜ਼ਖਮੀ ਹੋਏ ਨੇ, ਉੱਥੇ ਕਵਰੇਜ ਕਰ ਰਹੇ ਪੱਤਰਕਾਰ ਵੀ ਜਿਹੜੇ ਉਹ ਜ਼ਖਮੀ ਹੋਏ ਨੇ। ਸੋ 13 ਫਰਵਰੀ ਨੂੰ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ, ਤਾਂ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਹੈ ਜਿਹੜਾ ਭਾਰਤ ਬੰਦ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਇਹ ਸੱਦਾ ਜਿਹੜਾ ਕਾਫੀ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਅਤੇ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਬਹਾਲ ਰੱਖੀਆਂ ਜਾਣਗੀਆਂ। ਸੋ ਸਕੂਲਾਂ ਕਾਲਜਾਂ ਨੂੰ, ਵਿਆਹ ਸ਼ਾਦੀਆਂ 'ਤੇ ਜਾਣ ਵਾਲਿਆਂ ਨੂੰ, ਜੇਕਰ ਕੋਈ ਮਰੀਜ਼ ਲੰਘਦਾ ਹੈ ਤਾਂ ਜੇਕਰ ਕੋਈ ਐਂਬੂਲੈਂਸ ਲੰਘਦੀ ਹੈ ਤਾਂ ਉਹਨਾਂ ਨੂੰ ਜਿਹੜਾ ਬਿਲਕੁਲ ਵੀ ਨਹੀਂ ਰੋਕਿਆ ਜਾਵੇਗਾ। ਸੋ ਆਪਣੇ ਠੀਕ ਕਹੇ ਮੁਤਾਬਕ ਕਿਸਾਨਾਂ ਵੱਲੋਂ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ, ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਬਹਾਲ ਰੱਖੀਆਂ ਗਈਆਂ ਨੇ। ਸੋ ਹੁਣ 3 ਵਜੇ ਤੱਕ ਦਾ ਜਿਹੜਾ ਉਹ ਸਮਾਂ ਕਿਸਾਨਾਂ ਵੱਲੋਂ ਦਿੱਤਾ ਗਿਆ ਕਿ 3 ਵਜੇ ਤੱਕ
3 ਵਜੇ ਤੱਕ ਕਿਸਾਨਾਂ ਵੱਲੋਂ ਜਿਹੜਾ ਹੁਸ਼ਿਆਰਪੁਰ ਨੂੰ ਬੰਦ ਕਰਵਾਇਆ ਜਾਵੇਗਾ, ਬੰਦ ਰੱਖਿਆ ਜਾਵੇਗਾ। ਮਾਫੀ ਚਾਹੁੰਦਾ ਇਕੱਲੇ ਹੁਸ਼ਿਆਰਪੁਰ ਨੂੰ ਹੀ ਬਲਕਿ ਦੇਸ਼ ਭਰ ਦੇ ਵਿੱਚ ਜੋ ਬੰਦ ਦਾ ਸੱਦਾ ਦਿੱਤਾ ਗਿਆ। ਸੋ ਹੁਸ਼ਿਆਰਪੁਰ ਸ਼ਹਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ, ਇਹ ਤਸਵੀਰਾਂ ਵੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਭਾਰਤ ਬੰਦ ਦੌਰਾਨ ਜੇਕਰ ਆਪਾਂ ਹੁਸ਼ਿਆਰਪੁਰ ਬੰਦ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਕਿਸਾਨ ਭਾਈਚਾਰੇ ਨੂੰ ਜਿਹੜਾ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ। ਕੈਮਰਾ ਪਰਸਨ ਕਰਮਜੀਤ ਸਿੰਘ, ਅਜੇ ਦੇ ਨਾਲ ਚੇਤਨ ਕਸ਼ਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।